रोगी का प्रभ खंडो रोग, दुखिए का मिटावो प्रभ सोग, दुखिए का मिटावो प्रभ सोग, रोगी का। केड़े पिंड विच तुसी ग्रंथी सिंह की सेवा करते जे? पिंड ठट्टा जिला तरनतारन। जिला तरनतारन ते इत्थे तुहाडे किन्ने किन्ने बच्चे ने? मेरा एक बच्चा, दो गुड़ियां। दो गुड़ियां, गुड़ियां की करदियां? गुड़ियां पढ़दियां जी असीं फरीदकोट। अच्छा, फरीदकोट पढ़दियां। किहदे कोल? ਸਾਡੀ ਧੀ ਆਪਣੀ। ਅੱਛਾ, ਤੁਸੀਂ ਉਹਨਾਂ ਨੂੰ ਇੱਥੇ ਕਿਉਂ ਨਹੀਂ ਪੜ੍ਹਾ ਰਹੇ? ਉਹਦੀ ਥੋੜ੍ਹੀ ਜਿਹੀ ਆਮਦਨ ਦਾ ਹੁੰਦਾ ਹੈ, ਘੱਟ ਆ ਥੋੜ੍ਹਾ ਬਾਅਦ ਕੋਲ ਕਰੀਦਾ ਕੋਲ ਕਰਕੇ ਹੁੰਦੇ ਨਾ ਕਰਨ। ਉੱਚੀ ਬੋਲੋ, ਤੁਸੀਂ ਜਿਵੇਂ ਵੀ ਗੱਲ ਕਰਨੀ ਆਪਣੀ ਉੱਚੀ ਬੋਲੋ। ਮਤਲਬ ਤੁਹਾਨੂੰ ਮੁਸ਼ਕਿਲ ਆ ਕਿ ਪੈਸਿਆਂ ਕੋਲੋਂ ਤੁਸੀਂ ਮਤਲਬ ਆਪਣੀ ਭੈਣ ਦੇ ਕੋਲ ਮਤਲਬ ਲੜਕੀਆਂ ਭੇਜੀਆਂ ਨੇ? ਹਾਂਜੀ ਹਾਂਜੀ। ਅਤੇ ਤੁਸੀਂ ਮਤਲਬ ਇੱਥੇ ਇੱਥੇ ਗੁਰਦੁਆਰਾ ਸਾਹਿਬ ਦੇ ਅੰਦਰ ਗ੍ਰੰਥੀ ਸਿੰਘ ਦੀ ਸੇਵਾ ਕਰਦੇ ਹੋ? ਹਾਂਜੀ, ਪਿੰਡ ਠੱਠੇ ਗੁਰਦੁਆਰਾ। ਅਤੇ ਇੱਥੇ ਤੁਹਾਨੂੰ ਕਿੰਨੇ ਕੁ ਪੈਸੇ ਮਹੀਨੇ ਦੇ ਮਿਲ ਜਾਂਦੇ ਆ? ਮਿਲਦਾ 3-4 ਹਜ਼ਾਰ ਰੁਪਇਆ ਮਹਾਂਬਾਸ਼ਾ। 3-4 ਹਜ਼ਾਰ ਰੁਪਇਆ ਮਹੀਨੇ ਦਾ ਫਿਰ ਬਣਦਾ। ਅੱਛਾ ਜੀ, ਅਤੇ ਹੁਣ ਤੁਸੀਂ ਮਤਲਬ ਇਹ ਕੀ ਕਹਿਣਾ ਚਾਹੋਗੇ ਤੁਹਾਨੂੰ ਮਤਲਬ ਕੀ ਤੁਹਾਡੀ ਕੋਈ ਆਰਥਿਕ ਹੈਲਪ ਕੀਤੀ ਜਾਏ? ਜਿਸ ਤਰ੍ਹਾਂ ਮਹੀਨੇ ਦੇ ਤੁਹਾਨੂੰ ਕੋਈ 1-2 ਹਜ਼ਾਰ ਭੇਜਿਆ ਜਾਏ ਤਾਂ ਤੁਸੀਂ ਮਤਲਬ ਕੋਈ ਗੁਰੂ ਘਰ ਦਾ ਪ੍ਰਚਾਰ ਵੀ ਕਰੋਗੇ? ਹਾਂਜੀ ਹਾਂਜੀ, ਪ੍ਰਚਾਰ ਕਰਾਂਗੇ। ਇੱਥੇ ਉਹਨਾਂ ਨੇ ਕੰਮ ਲਾਇਆ ਸੀ ਫਰੀ ਦੋਣੀ ਵਾਲਾ। ਅੱਛਾ ਜੀ, ਉਹਨਾਂ ਨੇ ਸਾਡੇ ਨਾਲ ਮੇਲ ਕੀਤਾ ਅਤੇ ਉਹਨਾਂ ਦਾ ਤੁਹਾਡੀ ਕੀ ਇੱਥੇ ਪੋਜੀਸ਼ਨ ਆ? ਫਿਰ ਅਸੀਂ ਜੱਥੀ ਅਤੇ ਫਿਰ ਉਹਨਾਂ ਆਖਿਆ ਵੀ ਤੁਹਾਨੂੰ ਇਹਦਾ 2-3 ਹਜ਼ਾਰ ਰੁਪਇਆ ਮਹੀਨੇ ਦਾ ਦੁਆਇਆ ਕਰਾਂਗੇ। ਠੀਕ ਹੈ, ਤੁਸੀਂ ਪ੍ਰਚਾਰ ਕਰਿਆ ਕਰੋ ਉਹਨਾਂ ਨਾਲ ਪਾਤਸ਼ਾਹ ਦੇ ਘਰ ਦਾ ਜੀ। ਅਤੇ ਕ੍ਰਿਸ਼ਨ ਜਿਹੜੇ ਮਾਰਦੇ ਉਹਨਾਂ ਉੱਧਰੋਂ ਲੋਕ ਟੁੱਟਣ, ਕਿਉਂਕਿ ਉੱਧਰ ਲੋਕ ਜ਼ਿਆਦਾ ਜਿਹੜੇ ਲੋਕ ਸਾਈਆਂ ਵਾਲੇ ਬੰਨੇ ਜਾਂਦੇ ਨੇ ਵੀ ਮਤਲਬ ਉਹਨਾਂ ਨੂੰ ਰੋਕ ਕੇ ਅਤੇ ਤੁਸੀਂ ਮਤਲਬ ਸਤਿਗੁਰੂ ਨਾਨਕ ਦੇਵ ਜੀ ਦੇ ਘਰ ਦਾ ਪ੍ਰਚਾਰ ਕਰਨਾ, ਇਹ ਗੱਲ ਕਹਿਣ ਡੇ ਸੀ? ਹਾਂਜੀ ਹਾਂਜੀ। ਅੱਛਾ ਜੀ, ਅਤੇ ਜਿਹੜਾ ਉਹਨਾਂ ਨੇ ਅੱਜ ਕੈਂਪ ਲਾਇਆ ਸੀ ਉਹਦੇ ਵਿੱਚ ਉਹਨਾਂ ਨੇ ਕੀ ਕੀਤਾ? ਉਹਨਾਂ ਨੇ ਅੱਜ ਦਵਾਈਆਂ ਫਰੀ ਦਿੱਤੀਆਂ ਇਹ ਲੋਕਾਂ ਨੂੰ ਚੈੱਕਅਪ ਕਰਕੇ। ਕਿੰਨੇ ਕਿੰਨੇ ਕੁ ਸਰੀਰ ਆਏ ਜੀ ਇੱਥੇ? ਇੱਥੇ ਬਹੁਤ ਜ਼ਿਆਦਾ ਆਏ ਜੀ, ਅਜੇ ਵੀ ਲੈਣਾ ਲੱਗਣਾ। ਅੱਛਾ ਜੀ, ਅਤੇ ਮਤਲਬ ਉਹ ਉਹਨਾਂ ਨੇ ਜਿਹੜੀ ਵੀ ਉਹ ਗੱਲ ਕਰਦੇ ਨੇ ਉਹ ਇਸ ਤਰ੍ਹਾਂ ਹੀ ਕਰਦੇ ਨੇ ਵੀ ਜਿਹੜੇ ਸਾਡੇ ਸਿੱਖ ਭਰਾ ਸਾਈਆਂ ਲਿਜਾ ਰਹੇ ਨੇ ਉਹ ਨਾ ਜਾਣ ਅਤੇ ਮਤਲਬ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਸ਼ਰਧਾ ਰੱਖਣ ਅਤੇ ਆਪਣੇ ਮਤਲਬ ਸਿੱਖੀ ਦੇ ਵਿੱਚ ਰਹਿਣ, ਇਸ ਤਰ੍ਹਾਂ ਹੀ ਸਾਰਾ ਕੁਝ ਕਰ ਰਹੇ ਨੇ? ਹਾਂਜੀ ਹਾਂਜੀ, ਸਿੱਖੀ ਦਾ ਪ੍ਰਚਾਰ ਵੱਧ ਤੋਂ ਵੱਧ। ਤੁਸੀਂ ਹੁਣ ਮਤਲਬ ਅਖੀਰ ਦੇ ਵਿੱਚ ਕੀ ਕਰਨਾ ਚਾਹੋਗੇ ਵੀ ਜੇ ਮਤਲਬ ਤੁਸੀਂ ਇੱਕ ਤੁਹਾਡੀ ਜਿਹੜਾ ਸਿੱਖ ਪੰਥ ਆ ਉਹ ਕੀ ਮਦਦ ਕਰੇ ਅਤੇ ਤੁਸੀਂ ਕੀ ਕਰਨਾ ਚਾਹੋਗੇ? ਅਸੀਂ ਵੱਧ ਤੋਂ ਵੱਧ ਫਿਰ ਪ੍ਰਚਾਰ ਕਰਾਂਗੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਜੀ, ਅਤੇ ਨਾਲ ਘਰ ਨਾਲ ਜੋੜਾਂਗੇ ਅਤੇ ਜਿਹੜੇ ਸਾਈ ਬਣਦੇ ਜਾਂਦੇ ਆ ਲੋਕ ਉਹਨਾਂ ਨੂੰ ਆਖਾਂਗੇ ਵੀ ਇਹ ਕੰਮ ਨਾ ਕਰੋ, ਇੱਧਰ ਕੋਈ ਫਾਇਦਾ ਨਹੀਂ ਆਪਾਂ ਨੂੰ, ਆਪਾਂ ਨੂੰ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਨਾਲ ਜੁੜਨ ਦੇ ਨਾਲ ਹੀ ਜਿਹੜਾ ਵਾ ਗੁਰੂ ਘਰ ਮਿਲਣਾ ਸਾਡਾ। ਠੀਕ ਹੈ ਜੀ, ਠੀਕ ਹੈ, ਧੰਨਵਾਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ 28 ਅਗਸਤ 2022 ਅਸੀਂ ਪਿੰਡ ਠੱਠਾ ਜੋ ਤਰਨ ਤਾਰਨ ਦੀ ਹਦੂਦ 'ਚ ਹੈ ਉੱਥੇ ਇੱਕ ਮੈਡੀਕਲ ਕੈਂਪ ਲਗਾ ਕੇ ਆਏ ਅਤੇ ਜਿਹੜਾ ਤਕਰੀਬਨ 2-2.5 ਵਜੇ ਚੱਲਿਆ ਸਰ, 2:30 ਵਜੇ ਤੋਂ ਲੈ ਕੇ ਹੁਣ ਤਕਰੀਬਨ 9 ਵਜ ਗਏ ਨੇ, 2:30 ਵਜੇ ਤੋਂ ਲੈ ਕੇ 9 ਵਜੇ ਤੱਕ ਕੈਂਪ ਚੱਲਿਆ। ਔਰ ਮੇਰੇ ਨਾਲ ਨੇ ਭਾਈ ਸਾਹਿਬ ਸਿੰਘ ਜੀ, ਫਤਿਹ ਬੁਲਾ ਲਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਔਰ ਪਿੱਛੇ ਸਾਡੇ ਹੋਰ ਦੋ ਸਾਥੀ ਨੇ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਕੀ ਨਾਮ ਵਿੱਚ ਜੀ ਆਪਣਾ? ਸਤਿੰਦਰ ਜੀ ਸਰ। ਇਹ ਕਿਹੜੀ ਜਗ੍ਹਾ ਤੋਂ? ਅੰਮ੍ਰਿਤਸਰ ਤੋਂ। ਆਪ ਜੀ? ਅੰਮ੍ਰਿਤਸਰ ਤੋਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ ਸਰ, ਕੈਸਾ ਰਿਹਾ ਤੁਹਾਡਾ ਐਕਸਪੀਰੀਅੰਸ ਅੱਜ ਦਾ? ਬਹੁਤ ਵਧੀਆ ਜੀ, ਬਹੁਤ ਵਧੀਆ। ਸੋ ਅੱਜ ਜਿਹੜਾ ਕੈਂਪ ਸੀਗਾ ਔਰ ਇਹ ਨਹੀਂ ਵੀ ਕੋਈ ਜ਼ਿਆਦਾ ਹਾਈਪ, ਅਸੀਂ ਐਸੇ ਲੋਕਾਂ ਦੇ ਕੋਲ ਗਏ ਔਰ ਤੁਸੀਂ ਹੈਰਾਨ ਹੋਵੋਗੇ, ਤਕਰੀਬਨ 100 ਦੇ ਵਿੱਚੋਂ 99% ਇਹੋ ਜਿਹੇ ਲੋਕ ਸੀ, 99 ਤੋਂ ਵੀ 99.5% ਤੁਸੀਂ ਕੰਸਿਡਰ ਕਰ ਲਓ। 1-2 ਵਰਸਰ ਸੀਗੇ ਜਿਨ੍ਹਾਂ ਨੇ ਆਖਿਆ ਵੀ ਸਾਨੂੰ ਦੁੱਧ ਮਿਲ ਜਾਂਦਾ ਪੀਰ ਨੂੰ। ਸੋ ਇੰਨੀ ਗਰੀਬੀ, ਇੰਨਾ ਬੁਰਾ ਹਾਲ,
ਵੀ ਕਿਸੇ ਕੋਲ ਦੁੱਧ ਪੀਣ ਨੂੰ ਨਹੀਂ ਹੈਗਾ, ਰੋਟੀ ਚੰਗੀ ਤਰ੍ਹਾਂ ਖਾਣ ਨੂੰ ਨਹੀਂ ਹੈਗੀ। ਔਰ ਤਕਰੀਬਨ 90% ਐਸੇ ਲੋਕ ਸੀ ਜਿਨ੍ਹਾਂ ਨੂੰ ਐਸੀਆਂ ਬਿਮਾਰੀਆਂ ਸੀ ਜਿਹੜੀਆਂ ਕਿ ਉਹਨਾਂ ਦੀ ਖੁਰਾਕ ਦੀ ਕਮੀ ਦੇ ਕਰਕੇ, ਕਮਜ਼ੋਰੀ ਦੇ ਕਰਕੇ ਉਹਨਾਂ ਨੂੰ ਬਿਮਾਰੀਆਂ ਲੱਗੀਆਂ ਹੋਈਆਂ ਸੀਗੀਆਂ। ਅਤੇ ਇਹ ਹੈ ਵੀ ਇੰਨੀ ਗਰੀਬੀ ਔਰ ਪੰਜਾਬ ਦੇ ਵਿੱਚ ਇੰਨਾ ਬੁਰਾ ਹਾਲ ਹੈ। ਔਰ ਮੈਂ ਇਹੋ ਹੀ ਬੇਨਤੀ ਕਰਦਾ ਸਾਰੇ ਸੁਣਨ ਵਾਲੇ ਨੂੰ ਵੀ ਤੁਹਾਡੇ ਆਪਣੇ ਇਲਾਕਿਆਂ ਦੇ ਵਿੱਚ ਹੀ ਜੇ ਕੋਈ ਇਹੋ ਜਿਹਾ ਕੋਈ ਫੈਸਿਲਿਟੀ ਹੋ ਸਕਦੀ, ਕਿਉਂਕਿ ਇਹ ਗਰੀਬ ਜਿਹੜੇ ਬਿਲਕੁਲ ਜਿਹੜਾ ਨੀਵਾਂ ਤਬਕਾ ਗਰੀਬ ਹੈ, ਕੋਈ ਮਜ਼ਬੀ ਸਿੰਘ ਹੈ ਜਾਂ ਕੋਈ ਬਹੁਤ ਜਿਹੜੇ ਐਸੇ ਲੋਕ ਨੇ ਜਿਨ੍ਹਾਂ ਨੂੰ ਲੋਕ ਦੇਖਦੇ ਨਹੀਂ ਪਏ, ਉਹਨਾਂ ਨੂੰ ਵਾਕਈ ਮਦਦ ਦੀ ਬਹੁਤ ਜ਼ਰੂਰਤ ਹੈ। ਸੋ ਮੈਂ ਆਪ ਸਭ ਨੂੰ ਬੇਨਤੀ ਕਰਦਾ ਵੀ ਇਹੋ ਜਿਹਾ ਆਪਣੇ ਇਲਾਕੇ ਦੇ ਵਿੱਚ ਕੋਈ ਨਾ ਕੋਈ ਉਪਰਾਲਾ ਕਰੋ। ਪੜ੍ਹਾਈ ਦੀ ਉੱਥੇ ਬਹੁਤ ਕਮੀ ਹੈ, ਜੇ ਕੋਈ ਕਿਸੇ ਦੇ ਬੱਚੇ ਨੂੰ ਤੁਸੀਂ ਅਫੋਰਡ ਕਰਾ ਸਕਦੇ ਹੋ ਤਾਂ ਬੱਚੇ ਦੀ ਪੜ੍ਹਾਈ ਲਈ ਵੀ ਤੁਸੀਂ ਉਹਨੂੰ ਸਪੋਰਟ ਕਰੋ। ਸੋ ਇੰਨੀ ਬੇਨਤੀ ਕਰਦਾ ਤੁਹਾਡੇ ਸਾਥੀ ਡਾਕਟਰ ਬਿਕਰਮਜੀਤ ਸਿੰਘ ਸ੍ਰੀ ਅੰਮ੍ਰਿਤਸਰ ਤੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।